ਜਾਂ ਜਗ੍ਹਾ ਉਹਦੇ ਕੋਲ ਲੱਲਾ ਸਾਗਰ ਗੁੱਲਾ ਮੈਂ ਕਹਿ ਦੇਣਾ ਉਹਨੂੰ। ਪੰਜਾਬ ਪੁਲਿਸ ਦੇ ਇੱਕ SHO ਦੀ ਬਹਾਦਰੀ ਦੇ ਹਰ ਪਾਸੇ ਚਰਚੇ ਹੋ ਰਹੇ ਨੇ, ਜਿਸ ਨੇ ਆਪਣੀ ਜਾਨ ਜੋਖਮ ਚ ਪਾ ਕੇ ਇੱਕ ਵੱਡਾ ਹਾਦਸਾ ਹੁਣ ਟਾਲ ਦਿੱਤਾ ਤੇ ਕਈਆਂ ਦੀ ਜਾਨ ਬਚਾ ਲਈ। ਦਰਅਸਲ ਤਸਵੀਰਾਂ ਦੇ ਵਿੱਚ ਇਹ ਜੋ ਅੱਗ ਦੇ ਭਾਂਬੜ ਦੁਕਾਨ ਦੇ ਵਿੱਚ ਨਜ਼ਰ ਆ ਰਹੇ ਨੇ, ਇੱਥੇ ਇੱਕ ਟੀ ਸਟਾਲ ਦੇ ਵਿੱਚ ਅੱਗ ਲੱਗੀ। ਅੱਗ ਵੀ ਇੰਨੀ ਭਿਆਨਕ ਲੱਗੀ ਕਿ ਲਗਾਤਾਰ ਵੱਧਦੀ ਗਈ ਤੇ ਨਾਲ ਵਾਲੀ ਦੁਕਾਨ ਜਿੱਥੇ ਬਿਜਲੀ ਦੀਆਂ ਤਾਰਾਂ ਪਈਆਂ ਸਨ ਉਹਨੂੰ ਵੀ ਚਪੇਟ ਚ ਲੈ ਲਿਆ। ਲੋਕਾਂ ਨੂੰ ਦੁਕਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਭਾਜੜਾਂ ਪੈ ਗਈਆਂ, ਆਪਣੀ ਜਾਨ ਬਚਾਉਣ ਲਈ ਲੋਕ ਭੱਜਣ ਲੱਗੇ। ਪਰ ਇਸੇ ਵਿਚਾਲੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਇੱਥੇ ਪਹੁੰਚੇ ਪੁਲਿਸ ਦੀ ਟੀਮ ਦੇ ਵੱਲੋਂ ਬਿਨਾਂ ਫਾਇਰ ਬ੍ਰਿਗੇਡ ਦੀ ਉਡੀਕ ਕੀਤਿਆਂ ਖੁਦ ਹੀ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਦੁਕਾਨ ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ। ਇੱਥੋਂ ਤੱਕ ਕਿ ਇਸ ਪੰਜਾਬ ਪੁਲਿਸ ਦੇ SHO ਦੇ ਵੱਲੋਂ ਖੁਦ ਸੜਦੀ ਹੋਈ ਬਲਦੀ ਹੋਈ ਦੁਕਾਨ ਦੇ ਵਿੱਚੋਂ ਸਿਲੰਡਰ ਕੱਢ ਕੇ ਬਾਹਰ ਲਿਆਂਦਾ ਗਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ। ਇੱਥੇ ਵੀ ਦੱਸ ਦਈਏ ਕਿ ਜਿਸ ਦੁਕਾਨ ਨੂੰ ਅੱਗ ਲੱਗੀ ਤਾਂ ਉਸ ਦੇ ਨਾਲ ਜਿੱਥੇ ਬਿਜਲੀ ਦੀ ਦੁਕਾਨ ਸੀ ਤਾਂ ਉਸਦੇ ਬਿਲਕੁਲ ਦੂਸਰੇ ਪਾਸੇ ਇੱਕ ਪੇਂਟ ਦੀ ਦੁਕਾਨ ਸੀ। ਜ਼ਰਾ ਜਿੰਨੀ ਚੰਗਿਆੜੀ ਵੀ ਜੇਕਰ ਇਸ ਦੁਕਾਨ ਦੇ ਵਿੱਚ ਚਲੀ ਜਾਂਦੀ ਤਾਂ ਧਮਾਕੇ ਹੋ ਸਕਦੇ ਸਨ, ਵੱਡਾ ਨੁਕਸਾਨ ਹੋ ਜਾਣਾ ਸੀ। ਪਰ ਗਨੀਮਤ ਰਹੀ ਹੈ ਕਿ ਪਹਿਲੇ ਹੀ ਅੱਗ ਤੇ ਕਾਬੂ ਪਾ ਲਿਆ ਗਿਆ, ਉਹ ਵੀ ਇੱਕ SHO ਤੇ ਪੁਲਿਸ ਟੀਮ ਦੀ ਸਮਝਦਾਰੀ ਦੇ ਨਾਲ, ਜਿਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਵੀ ਉਡੀਕ ਨਹੀਂ ਕੀਤੀ ਤੇ ਖੁਦ ਆਪਣੇ ਤੌਰ ਤੇ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਸੁੱਟਣ ਲੱਗੇ ਤੇ ਵੱਡਾ ਹਾਦਸਾ ਉਦੋਂ ਹੁਣ ਟਲਿਆ ਜਦੋਂ ਇਸ SHO ਨੇ ਇਸ ਦੁਕਾਨ ਦੇ ਵਿੱਚੋਂ, ਬਲਦੀ ਹੋਈ ਦੁਕਾਨ ਦੇ ਵਿੱਚੋਂ ਸਿਲੰਡਰ ਕੱਢ ਕੇ ਬਾਹਰ ਲਿਆਂਦਾ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਲੋਕਾਂ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾਈ ਗਈ ਤੇ SHO ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਗੁਰਦਾਸਪੁਰ ਦੀ ਮੱਛੀ ਮਾਰਕੀਟ ਦੇ ਵਿੱਚ ਇੱਕ ਟੀ ਸਟਾਲ ਸੀ ਜਿੱਥੇ ਇੱਕ ਸਿਲੰਡਰ ਨੂੰ ਅੱਗ ਲੱਗੀ, ਦੁਕਾਨ ਨੂੰ ਅੱਗ ਲੱਗ ਗਈ, ਪੂਰੀ ਦੁਕਾਨ ਸੜ ਕੇ ਸਵਾਹ ਹੋ ਗਈ। ਪਰ ਇਸ ਵਿਚਾਲੇ ਨਾਲ ਵਾਲੀ ਦੁਕਾਨ ਵੀ ਇਸ ਅੱਗ ਦੀ ਲਪੇਟ ਚ ਆ ਗਈ। ਹੁਣ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ ਤਾਂ ਦੁਕਾਨਦਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਅਤੇ ਨਾਲ ਹੀ ਇੱਕ ਪੇਂਟ ਦੀ ਦੁਕਾਨ ਜਿਸ ਵਿੱਚ ਜ਼ਰਾ ਜਿੰਨੀ ਚੰਗਿਆੜੀ ਪੈਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ ਤਾਂ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ। ਪਰ ਇਸੇ ਵਿਚਾਲੇ ਇਸ SHO ਦੀ ਬਹਾਦਰੀ ਤੇ ਸਮਝਦਾਰੀ ਨੇ ਕਈਆਂ ਦੀ ਜਾਨ ਬਚਾ ਲਈ ਤੇ ਵੱਡਾ ਹਾਦਸਾ ਹੁਣ ਉਹ ਟਲ ਗਿਆ, ਕਿਉਂਕਿ SHO ਨੇ ਖੁਦ ਇੱਥੇ ਬਾਲਟੀਆਂ ਭਰ ਭਰ ਪਾਣੀ ਦੀਆਂ ਸੁੱਟੀਆਂ। ਪੁਲਿਸ ਟੀਮ ਵੀ ਨਾਲ ਜੁਟੀ ਹੋਈ ਸੀ ਤੇ ਨਾਲ ਹੀ SHO ਨੇ ਇਸ ਬਲਦੀ ਹੋਈ ਦੁਕਾਨ ਦੇ ਵਿੱਚੋਂ ਸਿਲੰਡਰ ਵੀ ਬਾਹਰ ਕੱਢ ਲਿਆਂਦਾ ਤਾਂ ਜੋ ਵੱਡਾ ਹਾਦਸਾ ਨਾ ਹੋ ਸਕੇ। ਅਚਾਨਕ ਇੱਕ ਬਣਾਉਂਦਾ ਪਿਆ ਸੀਗਾ ਤੇ ਉਹ ਜਿਹੜਾ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਜ਼ ਆ ਜਾਂ ਗੱਲਬਾਤ ਹੈਗੀ ਆ ਜਾਂ ਕੋਈ ਪਾਈਪ ਲੂਜ਼ ਹੋਣੀ ਆ, ਉਹਨੂੰ ਅੱਗ ਫੜ ਲਈ ਆ। ਅੱਗ ਫੜ ਲਈ ਆ ਤੇ ਇੱਕਦਮ ਜਿਸ ਤਰ੍ਹਾਂ ਬੰਦਾ ਸ਼ਸ਼ਪੰਚ ਪੈ ਜਾਂਦਾ ਨਾ, ਉਹਨੂੰ ਬੁਝਾਉਣ ਦਾ ਆਈਡੀਆ ਨਹੀਂ ਹੁੰਦਾ ਜਾਂ ਤਰੀਕਾ ਨਹੀਂ ਯਾਦ ਹੁੰਦਾ, ਉਸ ਤਰ੍ਹਾਂ ਘਬਰਾ ਗਏ ਨੇ
ਜਾਂ ਜਿੱਦਾਂ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਉ ਜਾਂ ਇਸ ਤਰ੍ਹਾਂ ਕਰ ਦਿਉ, ਪਾਣੀ ਸੁੱਟਣ ਲੱਗ ਪਏ, ਪਾਣੀ ਨਾਲ ਗੈਸ ਜਾ ਕੇ ਕਿਹਦੀ ਪਾਣੀ ਨਾਲ ਨਹੀਂ ਬੋਝਦੀ, ਠੀਕ ਹੈ ਜੀ, ਇਸ ਪਾਣੀ ਨਾਲ ਕਹਿੰਦੀ ਬੋਝਦੀ ਗੈਸ ਆ ਗਈ, ਇਹ ਪਾਣੀ ਸੁੱਟਣ ਲੱਗ ਪਏ ਨੇ, ਫਿਰ ਠੰਡਦਾਰ ਸਾਹਿਬ ਆਏ ਨੇ, ਇਹਨਾਂ ਨੇ ਸਾਰਿਆਂ ਪਾਣੀ ਸੁੱਟਿਆ, ਬੋਰੀਆਂ ਸੁੱਟੀਆਂ ਨੇ, ਅਤੇ ਇਹ ਆ ਕਿ ਜਿਹੜੀ ਇੱਕ ਹੋਰ ਦੁਕਾਨ ਨੂੰ ਲੱਗੇ ਅੱਗੇ ਅੱਗ ਲੱਗਦੀ ਹੈ, ਮੈਨੂੰ ਵੀ ਨੇ ਕਿਹਾ ਸ਼ਟਰ ਬੰਦ ਕਰੋ, ਕਿ ਮੇਰਾ ਕੰਮ ਸਾਰਾ ਤੇਲ ਦਾ, ਪੇਂਟ ਦਾ ਕੰਮ ਆ, ਆਇਲ ਦਾ ਕੰਮ ਆ, ਜੇ ਬਾਲਟੀਆਂ ਚੁੱਕੀਆਂ ਇਹਨਾਂ ਨੇ, ਹਾਂ ਵੀ ਸਾਰਾ ਤੇਲ ਦਾ ਕੰਮ ਹੀ, ਜੇ ਰੱਬ ਨਾ ਕਰੇ ਇੱਧਰ ਇੱਧਰ ਨੂੰ ਉੱਧਰ ਗਈ ਹੈ, ਜੇ ਇੱਧਰ ਜਾਂਦੀ ਹੈ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸੀ ਸਾਡੇ ਕੋਲ, ਉਹ ਆਹ ਪਾਣੀ ਚੁੱਕ ਕੇ ਬਾਲਟੀਆਂ ਆਹ ਬਾਲਟੀਆਂ ਭਾਈ ਚੁੱਕੀਆਂ, ਇਹਨਾਂ ਦੇ ਸਟਾਫ ਨੇ ਆਹ ਬਾਲਟਰ ਚੁੱਕੀਆਂ, ਆਪ ਚੁੱਕ ਚੁੱਕ ਘੁੰਮਦੇ ਰਹੇ ਨੇ, ਇਹਨਾਂ ਵਰਗੇ ਸਟਾਫ ਦੇ ਬਹੁਤ ਘੱਟ ਲੱਭਦੇ ਨੇ ਕਿਤੇ, ਜਿਹੜੇ ਆਪ ਨਹੀਂ ਤਾਂ ਆਹ ਹੁਕਮ ਦਿੰਦੇ ਚਲੋ ਚਲੋ ਚਲੋ, ਇਹ ਅੱਗੇ ਲੱਗੇ ਨੇ, ਫਿਰ ਬਾਕੀ ਸਟਾਫ 'ਚ ਨਾਲ ਤੁਰ ਪਿਆ, ਆਪ ਇਹਨਾਂ ਨੇ ਆ ਕੇ ਪੈ ਫੜੀ ਆ, ਆਪ ਇਹਨਾਂ ਅੱਗ ਬੁਝਾਉਣ ਡੇ, ਇਹ ਸਿਲੰਡਰ ਆ ਵੀ ਇਹਨਾਂ ਨੇ ਖਿੱਚਿਆ ਬਾਹਰ ਨੂੰ ਕੱਢਿਆ, ਐਸ ਐਚ ਓ ਸਾਹਿਬ ਦੀ ਬੜੀ ਬਹਾਦਰੀ ਹੈ ਇਹਨਾਂ ਦੀ, ਬਹੁਤ ਬਹਾਦਰੀ ਹੈ ਇਹਨਾਂ ਦੀ, ਸਾਡੇ ਗੁਰਦਾਸਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਹੈ ਨਾ ਸਾਰੇ ਜਿਹੜੀ ਆ ਓਕੇ ਆ ਬਿਲਕੁਲ। ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨ ਆ ਜੀ ਦਹੀਂ ਭੱਲਿਆਂ ਵਾਲੀ, ਨਾਲ ਸਾਡੇ ਗਵਾਂਢੀ ਆ ਆਪਣੇ ਮਾਇਨ ਡੀ ਸਟਾਲ ਵਾਲੇ, ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੈਚੁਰਲੀ ਅੱਗ ਪੈ ਗਈ ਸਰ, ਉਸ ਤੋਂ ਬਾਅਦ ਜਦੋਂ ਅੱਗ ਪਈ ਤਾਂ ਮੈਨੂੰ ਘਰੋਂ ਕਿਸੇ ਇਸ ਤੋਂ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ, ਅਤੇ ਸਰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੱਦਿਆ ਵਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਐਸ ਐਸ ਸਾਹਿਬ ਵੀ ਮੌਕੇ ਦੇ ਇੱਥੇ ਹਾਜ਼ਰ ਹੋ ਗਏ ਆ, ਖਾਸ ਕਰਕੇ ਫਾਇਰ ਬ੍ਰਿਗੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ, ਜਿਨ੍ਹਾਂ ਨੇ ਮੌਕੇ ਦੇ ਆਣ ਕੇ ਸਾਰੀ ਸਥਿਤੀ ਜਿਹੜੀ ਹੈ ਸਾਂਭ ਲਈ ਆ, ਅਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ, ਫਿਰ ਵੀ ਚਲੋ ਥੋੜ੍ਹੀ ਬਹੁਤੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ, ਐਸ ਐਸ ਸਾਹਿਬ ਦਾ ਬਹੁਤ ਜੀ, ਗੁਰਮੀਤ ਸਿੰਘ ਜੀ ਅੱਗੇ ਵੀ ਸਾਡੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਔਰ ਇਹਨਾਂ ਦੀ ਟੀਮ ਦਾ ਅਜੇ ਜੀ ਹੋਣਾ ਜਿਹੜੇ ਆਪਣੇ ਟ੍ਰੈਫਿਕ ਇੰਚਾਰਜ ਹੈਗੇ ਇਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੂੰ ਮੌਕੇ ਦੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਆ ਸਥਿਤੀ ਸਾਂਭੀ ਆ, ਔਰ ਇਹਨਾਂ ਨੇ ਫਾਇਰ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਵਾ ਉਹ ਆਪਣਾ ਮੌਕਾ ਸਾਂਭ ਲਿਆ ਵਾ। ਇਹ ਜੀ ਮੱਛੀ ਮਾਰਕੀਟ ਆ ਜੀ ਗੁਰਦਾਸਪੁਰ ਦੀ, ਅਤੇ ਅਸੀਂ ਬਾਟਾ ਚੌਂਕ ਦੇ ਵਿੱਚ ਜਿਸ ਤਰ੍ਹਾਂ ਅੱਜ ਨਾ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀਆਂ ਸੀ ਜੀ, ਜਿੱਦਾਂ ਭੜੀ ਭੀੜ ਭਾੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ, ਤਾਂ ਸਾਨੂੰ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤਾਂ ਵੇਖਿਆ ਦੁਕਾਨ 'ਤੇ ਅੱਗ ਲੱਗ ਗਈ, ਅਤੇ ਜਿੱਥੇ ਅਸੀਂ ਦਵਾ ਦਵਾ ਕੋਸ਼ਿਸ਼ ਕਰਕੇ ਪਹਿਲਾਂ ਤਾਂ ਬਾਲਟੀਆਂ ਨਾਲ ਪਾਣੀ ਭਜਾਇਆ, ਅਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਅਤੇ ਬਿਜਲੀ ਬੋਰਡ ਨੂੰ ਵੀ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ, ਅਤੇ ਫਿਰ ਮੈਂ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ, ਅਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁੜ ਕੇ ਲੈ ਗਿਆ ਸੀ ਬਾਹਰ ਦੁਕਾਨ 'ਚੋਂ ਕੱਢ ਕੇ, ਅਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਅਤੇ ਅੰਡਰ ਕੰਟਰੋਲ ਆ ਜੀ। ਇਹ ਜੀ ਉੱਥੇ ਇਹਨਾਂ ਦਾ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੀ ਦੁਕਾਨ ਹੈ ਮੋਟੂ ਅਤੇ ਮੋਨੂ ਦੀ, ਅਤੇ ਉੱਥੇ ਉਹ ਇੱਕ ਬੋਰੀ ਜੀ ਸੀ ਉਹਨੂੰ ਅੱਗ ਲੱਗ ਗਈ, ਤੋਂ ਚੱਕਦਾ ਵੀ ਫੜ ਗਈ ਜੋ ਤੇਲ ਲੱਗਿਆ ਪਿਆ ਸੀ ਤੁਹਾਨੂੰ ਅੱਗ ਫੜ ਗਈ, ਚੱਲ ਸਿਲੰਡਰ ਨੂੰ ਅੱਗ ਲੱਗੀ ਜਿਹੜਾ ਸਿਲੰਡਰ ਅਸੀਂ ਬਾਹਰ ਲਿਆਂਦਾ ਜੀ ਕੱਢ ਕੇ ਹੁਣ ਜੀ। ਦੇਖੋ ਜੀ ਹੁਣ ਨਹੀਂ ਤਾਂ ਫਿਰ ਬਾਕੀ ਪਬਲਿਕ ਸੀ ਇੱਥੇ, ਉਹਨਾਂ ਦਾ ਬੱਚੇ ਸੀ, ਇਹ ਸਾਰੀ ਦੁਨੀਆ ਸੀ, ਤਾਂ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ, ਤਾਂ ਉਹਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਾਡਾ ਪੁਲਿਸ ਦਾ ਕੰਮ ਆ ਜੀ ਕਰਨਾ। ਦੇਖੋ ਜੀ ਦੱਸੋ ਮੇਰਾ ਕੰਮ ਸੀ, ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਉਹ ਜਾ ਕੇ ਜਾਊਗਾ ਜਿਵੇਂ ਅੱਗ ਬੁਝਾ ਸਕਦੇ, ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ, ਸਾਰੇ ਜਿੰਨੇ ਵੀ ਮੁਲਾਜ਼ਮ, ਈਵਨ ਸਾਡੀ ਜਿਹੜੀ ਅੱਜ ਐਸ ਐਸ ਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ, ਗੁਰਮੁਖ ਸਿੰਘ ਜੀ ਆਪਣੇ ਜਿੰਨੇ ਵੀ ਹੈਗੇ ਨੇ ਸੋਹਲ ਹੋਣੀ ਨੇ ਸਾਰਿਆਂ ਨੇ ਨਾਲ ਸਾਥ ਦੇ ਕੇ ਅੱਗ ਨੂੰ ਬੁਝਾਇਆ ਜੀ। ਹਾਂਜੀ ਫਿਰ ਜੀ ਲੱਗੇ ਮੱਛੀ ਮਾਰਕੀਟ ਬਾਲਟੀਆਂ ਭਰ ਕੇ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ 'ਚ ਛੇਤੀ ਕਾਬੂ, ਤਾਂ ਸ਼ੁਕਰ ਆ ਵੀ ਕਾਬੂ ਪੈ ਗਿਆ, ਇੱਕ ਦੁਕਾਨ ਨੂੰ ਹੀ ਅੱਗ ਲੱਗੀ ਨਹੀਂ ਤਾਂ ਨਾਲ ਦੀ ਸਾਰੀਆਂ ਦੁਕਾਨਾਂ ਨੂੰ ਅੱਗ ਫੜ ਸਕਦੀ ਸੀ ਜੀ।